ਸ਼ਾਨਵੀਰ ਬਹੁਤ ਵਧੀਆ ਨਰਮੇ ਦੀ ਫਸਲ ਆ ਤੇ ਉਹਨੂੰ ਵਾਹ ਕੇ ਉੱਥੇ ਝੋਨਾ ਲਾ ਰਹੇ ਆ ਉਹਨਾਂ ਦੇ ਵਾਹਨ ਦਾ ਸਿਰਫ ਇੱਕ ਡਾਰੀ ਕਾਰਨ ਮੇਨਾਂ ਸੁੰਢੀ ਨਹੀਂ ਗਈ ਉਹ ਅੱਜ ਲੱਗੇ ਝੋਨੇ ਦਾ ਝਾੜ ਵੀ ਉਹਨਾਂ ਨਹੀਂ ਹੋਣਾ ਤੇ ਇਹ ਆਪਾਂ ਵੀ ਜਾਣਦੇ ਆ ਕਿ ਜਿਹੜਾ ਨਰਮੇ ਵਾਲਾ ਏਰੀਆ ਉੱਥੇ ਪਾਣੀ ਵੀ ਦੋ ਨੰਬਰ ਹੀ ਹੁੰਦਾ ਤੇ ਉੱਥੇ ਝੋਨਾ ਚੰਗੀ ਤਰ੍ਹਾਂ ਹੁੰਦਾ ਵੀ ਨਹੀਂ ਜਿੰਨੀਆਂ ਵੀ ਥੱਲੇ ਸ਼ਾਖਾਂ ਸਾਰੀਆਂ ਖਾਲੀ ਰਹਿ ਗਈਆਂ ਕਿਉਂਕਿ ਨਰਮੇ ਨੂੰ ਧੁੱਪ ਵੀ ਤੇ ਹਵਾ ਦੋਵੇਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਫੁੱਲ ਜਿਹੜਾ ਇਹੋ ਜਿਹਾ ਮੁਰਝਾਇਆ ਜਾਊਗਾ ਨਾ ਇਹਦੇ 'ਚ ਤਾਂ ਸੁੰਢੀ ਨਹੀਂ ਹੋਗੀ ਇਹ ਤਾਂ ਗੁਲਾਬੀ ਹੋ ਗਿਆ ਇਹਦਾ ਕੰਮ ਤਾਂ ਹੋ ਗਿਆ ਹੋਰ ਕਿਸੇ ਵੀ ਕੰਪਨੀ ਦਾ ਡਾਕਟਰ ਜੇਕਰ ਤੁਹਾਨੂੰ ਆ ਕਿਸਾਨ ਤੋਂ ਵੱਡਾ ਪਹਿਲੀ ਗੱਲ ਤਾਂ ਕੋਈ ਡਾਕਟਰ ਨਹੀਂ ਛਟੀਆਂ ਪਈਆਂ ਤੇ ਇਹਨਾਂ ਦੇ ਨੇੜੇ-ਨੇੜੇ ਬਸ ਟਿੰਡੇ ਤੋੜਦੇ ਸੀ ਤਾਂ ਅਠਾਂ ਦੇ ਵਿੱਚ ਸੁੰਢੀ ਸੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਜੀ ਮੇਰੇ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜਿਹੜੀ ਵੀਡੀਓ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਨਰਮੇ ਦੀ ਫਸਲ ਬਾਰੇ ਕਿਉਂਕਿ ਪਿਛਲੇ 2 ਸਾਲਾਂ ਤੋਂ ਤੇ ਇਸ ਸਾਲ ਦਾ ਲਾ ਕੇ 3 ਸਾਲ ਹੋ ਗਿਆ ਕਿਸਾਨਾਂ ਵਿੱਚ ਸਭ ਤੋਂ ਵੱਡਾ ਇੱਕ ਡਰ ਬਣਿਆ ਹੋਇਆ ਗੁਲਾਬੀ ਸੁੰਡੀ ਦਾ ਤੇ ਇਸ ਗੁਲਾਬੀ ਸੁੰਡੀ ਨੇ ਕਿਸਾਨਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਕੀਤਾ ਸੋ ਉਸ ਨੁਕਸਾਨ ਤੋਂ ਜੋ ਕਿਸਾਨ ਡਰ ਚੁੱਕੇ ਨੇ ਉਹਨਾਂ ਦੇ ਮਨ ਵਿੱਚ ਇਹੀ ਆ ਵੀ ਇਸ ਵਾਰ ਵੀ ਜਿਹੜੀ ਗੁਲਾਬੀ ਸੁੰਡੀ ਦੀ ਮਾਰ ਪੈ ਗਈ ਤਾਂ ਫਸਲ ਜਿਹੜੀ ਉਹ ਹੋਣੀ ਨਹੀਂ ਪਰ ਇਸ ਵਾਰ ਪਹਿਲੇ ਸਾਲਾਂ ਦੇ ਨਾਲੋਂ ਗੁਲਾਬੀ ਸੁੰਡੀ ਆਈ ਤਾਂ ਹੈ ਪਰ ਉਹ ਆਪਣੇ ਆਪ ਕੰਟਰੋਲ ਵੀ ਹੋ ਗਈ ਹੈ ਕਿਉਂਕਿ ਮੌਸਮ ਦੇ ਵਿੱਚ ਇਸ ਵਾਰੀ ਨਮੀ ਵੀ ਘੱਟ ਆ بارش ਜਦੋਂ ਆਈ ਸੀ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਉਦੋਂ ਗੁਲਾਬੀ ਸੁੰਡੀ ਦਾ ਅਟੈਕ ਜਿਹੜਾ ਨਰਮੇ ਤੇ ਪੂਰਾ ਹੋਇਆ ਸੀ ਤੇ ਹੁਣ ਅਗਸਤ ਮਹੀਨੇ ਦੇ ਵਿੱਚ ਆ ਕੇ ਜਿਵੇਂ ਕਿ ਇਸ ਵਾਰੀ بارش ਨਹੀਂ ਹੋਈ ਹੁਣ ਤੇ ਸੁੰਡੀ ਆ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਆ ਖਤਮ ਤਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਪਰ ਘੱਟ ਆ ਜ਼ਿਆਦਾ ਨੁਕਸਾਨ ਨਹੀਂ ਹੈਗਾ ਇਸ ਚੀਜ਼ ਦਾ ਸੋ ਕੁਝ ਕਿਸਾਨ ਵੀਰ ਬਹੁਤ ਵਧੀਆ ਨਰਮੇ ਦੀ ਫਸਲ ਆ ਤੇ ਉਹਨੂੰ ਵਾਹ ਕੇ ਉੱਥੇ ਝੋਨਾ ਲਾ ਰਹੇ ਆ ਉਹਨਾਂ ਦੇ ਵਹਨ ਦਾ ਸਿਰਫ ਇੱਕ ਡਰੀ ਕਾਰਨ ਮੇਨ ਆ ਸੁੰਡੀ ਨਹੀਂ ਗਈ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਵੜਿਆ ਹੋਇਆ ਹੈ ਕਿ ਜੇਕਰ ਇਸ ਵਾਰੀ ਸੁੰਡੀ ਦਾ ਹਮਲਾ ਜ਼ਿਆਦਾ ਹੋ ਗਿਆ ਤਾਂ ਅਸੀਂ ਝੋਨੇ ਤੋਂ ਵੀ ਰਹਿ ਜਾਵਾਂਗੇ ਪਰ ਹੁਣ ਦਾ ਲਾਇਆ ਹੋਇਆ ਝੋਨਾ ਵੀ ਉਹਨਾਂ ਨੂੰ ਕੋਈ ਜ਼ਿਆਦੀ ਆਮਦਨ ਨਹੀਂ ਦੇ ਕੇ ਜਾਊਗਾ ਕਿਉਂਕਿ ਹੁਣ ਪਨੀਰੀਆਂ ਵੀ ਕੁਝ ਕਿਸਾਨ ਵੀਰ ਮੁੱਲ ਲੈਣਗੇ ਤੇ ਨਰਮੇ ਨੂੰ ਵਾਉਣਗੇ ਇਸ ਸਾਰਾ ਕੰਮ ਕਰਕੇ 6-7000 ਰੁਪਏ ਦਾ ਖਰਚਾ ਅੱਜ ਕਰਦੇ ਆ ਤੇ ਫਿਰ ਝੋਨੇ ਦਾ ਜੋ ਝਾੜ ਆ ਉਹ ਅੱਜ ਲੱਗੇ ਝੋਨੇ ਦਾ ਝਾੜ ਵੀ ਉਹਨਾਂ ਨਹੀਂ ਹੋਣਾ ਤੇ ਕੁਝ ਕਿਸਾਨ ਵੀਰਾਂ ਕੋਲ ਜਿਹੜਾ ਮੋਟਰਾਂ ਦਾ ਵੀ ਸਾਧਨ ਨਹੀਂ ਹੈਗਾ ਮੋਟਰ ਵੀ ਹੈ ਨਹੀਂ ਉਹਨਾਂ ਕੋਲ ਚਲਾਉਣ ਵਾਸਤੇ ਤੇ ਉਹ ਟਿਊਬਵਲ ਦੇ ਉੱਤੇ ਇੰਜਨ ਰੱਖੇ ਹੋਏ ਆ ਤੇ ਉਹਦੇ ਨਾਲ ਪਾਲਣਗੇ ਤੇ ਇਹ ਆਪਾਂ ਵੀ ਜਾਣਦੇ ਆ ਕਿ ਜਿਹੜਾ ਨਰਮੇ ਵਾਲਾ ਏਰੀਆ ਉੱਥੇ ਪਾਣੀ ਵੀ ਦੋ ਨੰਬਰ ਹੀ ਹੁੰਦਾ ਤੇ ਉੱਥੇ ਝੋਨਾ ਚੰਗੀ ਤਰ੍ਹਾਂ ਹੁੰਦਾ ਵੀ ਨਹੀਂ ਸੋ ਇਸ ਕਰਕੇ ਜੇ ਉਹ ਇਹਨਾਂ ਦਾ ਲਾਇਆ ਹੋਇਆ ਝੋਨਾ 50 ਮਣ ਜਾਂ 60 ਮਣ ਝਾੜ ਦੇ ਵੀ ਜਾਂਦਾ ਹੈ 2 4 5 ਕੁਇੰਟਲ ਜੇ ਉਹਨਾਂ ਦਾ ਨਰਮਾ ਨਿਕਲ ਆਉਂਦਾ ਏ ਸੂੰਡੀ ਦੀ ਮਾਰ ਵਿੱਚ ਰਹਿ ਕੇ ਵੀ ਤਾਂ ਉਹ ਨਰਮੇ ਨਾਲੋਂ ਉਹਨਾਂ ਦੇ ਝੋਨੇ ਦੀ ਜਿਹੜੀ ਆਮਦਨ ਉਹ ਘੱਟ ਰਹਿ ਜੂਗੀ ਸੋ ਅਸੀਂ ਇਹਨੇ ਸਿਆਣੇ ਤਾਂ ਨਹੀਂ ਕੀ ਕਿਸੇ ਨੂੰ ਸਿਖਾ ਸਕੀਏ ਪਰ ਜੋ ਸਾਡਾ ਤਜਰਬਾ ਹੈ ਜਿੰਨਾ ਕੁ ਉਹਨਾਂ ਕੋ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਸੋ ਆਹ ਤੁਹਾਨੂੰ ਦਿਖਾਉਣੇ ਅਸੀਂ ਆਏ ਆ ਜੀ ਨਰਮੇ ਦੇ ਖੇਤ ਦੇ ਵਿੱਚ ਹੀ ਇਹ ਮੇਰੇ ਦੋਸਤ ਦਾ ਖੇਤ ਆ ਤੇ ਉਹਨੇ 1 ਏਕੜ ਨਰਮਾ ਲਾਇਆ ਹੋਇਆ ਏ ਤੇ ਨਰਮਾ ਬਹੁਤ ਸੋਹਣਾ ਖੜਾ ਇਹ 926 ਵੈਰੈਟੀ ਹੈ ਜੀ ਤੁਸੀਂ ਦੇਖ ਰਹੇ ਹੋ ਹਾਈਟ ਇਹਦੀ 6 ਫੁੱਟ ਦੇ ਲਗਭਗ ਹੈਗੀ ਆ ਤੇ ਪਾਣੀ ਲੱਗਿਆ ਹੁਣ ਕਰਕੇ ਥੱਲੇ ਨਮੀ ਪੂਰੀ ਆ ਪਰ ਅਸੀਂ ਤੁਹਾਨੂੰ ਇੱਥੇ ਫੁੱਲ ਵੀ ਤੋੜ ਕੇ ਵਿਖਾਵਾਂਗੇ ਤੇ ਟਿੰਡਾ ਵੀ ਪਨ ਕੇ ਵਿਖਾਵਾਂਗੇ ਤੇ ਤੁਸੀਂ ਆਪੇ ਹਿਸਾਬ ਲਾ ਲਿਓ ਕਿ ਕਿੰਨੇ ਪਰਸੈਂਟ ਆ ਜਿਹੜੀ ਉਹ ਸੁੰਡੀ ਦਾ ਹਮਲਾ ਹੈ ਨਰਮੇ ਤੇ ਹੈਗਾ ਹੈ ਭਾਈ ਇੱਥੇ ਟਿੰਡਾ ਤੋੜ ਕੇ ਦਿਖਾ ਮੜੇ ਭਾਈ ਪਹਿਲੀ ਗੱਲ ਤਾਂ ਟਿੰਡੇ 'ਚ ਕਦੇ ਵੀ ਸੁੰਡੀ ਨਹੀਂ ਹੋਊਗੀ ਆ ਜਮਾ ਸਹੀ ਆ ਟਿੰਡਾ ਇਦੇ ਚ ਸੁੰਡੀ ਜਵਾਂ ਨਹੀਂ ਹੋਊਗੀ ਤੁਸੀਂ ਟਿੰਡਾ ਵੇਖੋ ਕੋਈ ਇੱਥੇ ਮੰਨ ਲਓ ਥੋੜਾ ਜਿਹਾ ਖਰਾਬ ਜਿਹਾ ਹੋਇਆ ਹੋਊਗਾ ਟਿੰਡਾ ਉਹਦੇ ਚ ਆਪਾਂ ਨੂੰ ਜਿਸ ਜਿਹਦੇ ਚ ਤੁਹਾਨੂੰ ਸ਼ੱਕ ਪਊਗਾ ਉਹ ਵੇਖੋ ਤੁਸੀਂ ਇਹ ਸਾਫ ਟਿੰਡੇ ਚ ਕਦੇ ਵੀ ਸੁੰਡੀ ਨਹੀਂ ਹੋਊਗੀ ਕਿਉਂਕਿ ਆਪਾਂ ਜਾਣਦੇ ਆ ਕਿ ਜਿਹੜਾ ਇਹ ਭਮੱਕੜ ਜੋ ਆਂਡੇ ਦਿੰਦਾ ਏ ਉਹ ਹਮੇਸ਼ਾ ਜਦੋਂ ਫੁੱਲ ਬੰਦਾ ਏ ਤਾਂ ਫੁੱਲ ਦੇ ਵਿੱਚ ਆਂਡਾ ਦਿੰਦਾ ਏ ਜੋ ਕਿ ਸੁੰਡੀ ਦੇ ਰੂਪ ਦੇ ਵਿੱਚ ਬਾਅਦ ਦੇ ਵਿੱਚ ਉਹ ਟਿੰਡੇ ਦੇ ਵਿੱਚ ਵੱੜ ਜਾਂਦਾ ਕਿਉਂਕਿ ਟ੍ਰਿੰਡੇ ਦੇ ਵਿੱਚ ਡਾਇਰੈਕਟ ਸੁੰਡੀ ਦਾ ਵੱੜਨਾ ਬਹੁਤ ਹੀ ਔਖਾ ਹੈ ਤੇ ਇੱਥੇ ਅਸੀਂ ਤੁਹਾਨੂੰ ਕੋਈ ਵੀ ਫੁੱਲ ਵਿਖਾ ਦਿੰਨੇ ਆ ਜਿਵੇਂ ਆ ਰਿਹਾ ਆ ਦੇਖੋ ਇਹ ਬਿਲਕੁਲ ਸਾਫ਼ ਆ ਤੇ ਇੱਕ ਹੋਰ ਤੁਹਾਨੂੰ ਮੇਨ ਪੁਆਇੰਟ ਦੱਸਦੇ ਆ ਸੁੰਢੀ ਆਉਂਦੀ ਕਿੱਥੋਂ ਆ ਜਿਸ ਤਰ੍ਹਾਂ ਕਿ ਪਹਿਲੇ ਸਾਲ ਜਦੋਂ ਇਹ ਗੁਲਾਬੀ ਸੁੰਢੀ ਆਈ ਸੀ ਤਾਂ ਆਪਣੇ ਖੇਤੀ ਮਾਰਾਂ ਨੇ ਆਪਾਂ ਨੂੰ ਇਹ ਸਾਰਾ ਕੁਝ ਦੱਸਿਆ ਸੀ ਕਿ ਜਿਹੜੀਆਂ ਇਹਦੀਆਂ ਛਿਟੀਆਂ ਹੋਣਗੀਆਂ ਉਹਨੂੰ ਆਪਾਂ ਜਿੱਥੇ ਵੀ ਰੱਖਣਾ ਹੈ ਉਹ ਨਰਮੇ ਦੀ ਜਦੋਂ ਆਪਾਂ ਅਗਲੀ ਬਜਾਦ ਕਰਾਂਗੇ ਤਾਂ ਉਸ ਟਾਈਮ ਉਸ ਖੇਤ ਦੇ ਵਿੱਚ ਹੋਣੀਆਂ ਨਹੀਂ ਚਾਹੀਦੀਆਂ ਸੋ ਆਪਣੇ ਕਿਸਾਨ ਵੀਰ ਇਹ ਵੀ ਗਲਤੀ ਕਰ ਜਾਂਦੇ ਆ ਕਿ ਉਹ ਜਿਹੜੇ ਪ੍ਰਾਣੀ ਛਿਟੀ ਹੁੰਦੀ ਆ ਉਹ ਖੇਤ ਚ ਪਈ ਰਹਿੰਦੀ ਆ ਤੇ ਇਹਦੀ ਜਿਹੜੀ ਜਿਵੇਂ ਕਹਿ ਲਈਏ ਕਿ ਇਹਦੀ ਨੈਕਸਟ ਜਨਰੇਸ਼ਨ ਆ ਜਿਹੜੀ ਉਹ ਉੱਥੇ ਹੀ ਪੈਦਾ ਹੁੰਦੀ ਆ ਤੇ ਹੁਣ ਜਦੋਂ ਨਰਮੇ ਦੀ ਫਸਲ ਹੋ ਗਈ ਆ ਤਾਂ ਉਸੇ ਵਿੱਚੋਂ ਹੀ ਉਹ ਡੁੱਡ ਕੇ ਤੇ ਆਪਣੇ ਨਰਮੇ ਤੇ ਆ ਕੇ ਉਹ ਬੱਚੇ ਦੇ ਰਹੀਆਂ ਨੇ ਜਿਵੇਂ ਅੰਡੇ ਦੇ ਰਹੀਆਂ ਤੇ ਉੱਥੋਂ ਬੱਚੇ ਮਾਰ ਰਹੇ ਆ ਇਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ ਕੋਈ ਐਵੇਂ ਅਸੀਂ ਬਿਨਾਂ ਤਜਰਬਾ ਕੀਤੇ ਤੋਂ ਨਹੀਂ ਕਹਿ ਰਹੇ ਅਸੀਂ ਇਹ ਤਜਰਬਾ ਕਰਕੇ ਦੇਖਿਆ ਹੈ ਇੱਕ ਗੱਲ ਬਈ ਹੋਰ ਨਰਮਾ ਬਈ ਵਿਰਲਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਵਿਰਲਾ ਕਰਨਾ ਨਰਮਾ ਬਈ ਇਹ ਐਰਤੀ ਮੈਂ ਆਪਦੇ ਅੱਖੀ ਦੇਖ ਲਿਆ ਇਹ ਤਿਆਰ ਬਾਤਾ ਜਿੰਨਾ ਨਰਮਾ ਵਿਰਲਾ ਹੋਊਗਾ ਨਾ ਬਈ ਤੇ ਫਲ ਤੁਹਾਡਾ ਉਹਨਾਂ ਹੀ ਜ਼ਿਆਦਾ ਲੱਗੂਗਾ ਕਿਉਂਕਿ ਆ ਦੇਖੋ ਹੁਣ ਜਿਹੜੇ ਜਿੰਨੀਆਂ ਵੀ ਥੱਲੇ ਸ਼ਾਖਾਂ ਸਾਰੀਆਂ ਖਾਲੀ ਰਹਿ ਗਈਆਂ ਕਿਉਂਕਿ ਨਰਮੇ ਨੂੰ ਧੁੱਪ ਵੀ ਤੇ ਹਵਾ ਦੋਵੇਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਸੋ ਇਹ ਨਰਮਾ ਸੰਘਣਾ ਹੋਣ ਕਰਕੇ ਇਹ ਬਹੁਤ ਵੱਡਾ ਨੁਕਸਾਨ ਆਪਣਾ ਕਿਉਂਕਿ ਇਹਦੀਆਂ ਜਿਹੜੀਆਂ ਪਹਿਲੀਆਂ ਸ਼ਾਖਾਂ ਹੁੰਦੀਆਂ ਜਿਵੇਂ ਇਹਨੇ 40 ਤੋਂ 130 ਦਿਨ ਦੇ ਵਿੱਚ ਜਿਹੜਾ ਫਲ ਚੱਕਣਾ ਹੁੰਦਾ ਹੈ ਉਹ ਜਿਹੜਾ ਪਹਿਲੇ ਜਿਹੜੀ ਸ਼ਾਖ ਉਹ ਬਹੁਤ ਘੱਟ ਰਹਿੰਦੀ ਆ ਤੇ ਇੱਕਾ ਉਲੀ ਲੱਗ ਜਾਂਦੀ ਆ ਤਿਆਰ ਹੋ ਕੇ ਇਹ ਹੁਣ ਇਹ ਹੁਣ ਨਾ ਤਾਂ ਧੁੱਪ ਲੱਗੀ ਇਹਨੂੰ ਕਿਉਂਕਿ ਨਮੀ ਜ਼ਿਆਦੀ ਰਹਿ ਗਈ ਤੇ ਸੁੰਡੀ ਹਮੇਸ਼ਾ ਹੀ ਟਿੰਡੇ 'ਚ ਤਾਂ ਐਂਡ ਵਾਲੀ ਸਟੇਜ ਆ ਟਿੰਡੇ ਟਿੰਡੇ 'ਚ ਜਦੋਂ ਵੱਢ ਗਈ ਉਦੋਂ ਆਪਾਂ ਕੰਟਰੋਲ ਕਰ ਹੀ ਨਹੀਂ ਸਕਦੇ ਇਹੋ ਜਿਹਾ ਫੁੱਲ ਹੋਊਗਾ ਇਹ ਫੁੱਲ ਜਿਹੜਾ ਇਹੋ ਜਿਹਾ ਮੁਰਝਾਇਆ ਜਾਊਗਾ ਨਾ ਇਹਦੇ ਚ ਤਾਂ ਸੁੰਡੀ ਨਹੀਂ ਹੋਗੀ ਇਹ ਤਾਂ ਗੁਲਾਬੀ ਹੋ ਗਿਆ ਇਹਦਾ ਕੰਮ ਤਾਂ ਹੋ ਗਿਆ ਹੁਣ ਇਹਨੇ ਤਾਂ ਹੁਣ ਟੀਂਡਾ ਬੰਨਣਾ ਇੱਥੇ ਜਿਹੜਾ ਚਿੱਟਾ ਜਿਹਾ ਫੁੱਲ ਹੋਊਗਾ ਤੁਸੀਂ ਲਾ ਲਓ ਜਿਵੇਂ ਆਹ ਹਜੇ ਥੋੜਾ ਇਹ ਵੀ ਗੁਲਾਬੀ ਹੋ ਚੱਲਿਆ ਜਿਹੜਾ ਜਮਾ ਚਿੱਟਾ ਫੁੱਲ ਹੋਊਗਾ ਆਹ ਵੇਖੋ ਆਹ ਜਿਹੜਾ ਫੁੱਲ ਆ ਇਹ ਹੁਣ ਕੱਲ ਨੂੰ ਖਿਲੂਗਾ ਏ ਤੇ ਜੇ ਤਾਂ ਇਹ ਸਹੀ ਖਿਲ ਗਿਆ ਠੀਕ ਹੈ ਜੇ ਇਹ ਨਾ ਖਿਲਿਆ ਸਹੀ ਤਾਂ ਸਮਝ ਲਓ ਇਹਦੇ ਵਿੱਚ ਕੋਈ ਨਾ ਕੋਈ ਦਿੱਕਤ ਹੈਗੀ ਆ ਤੇ ਇਹਦੇ ਵਿੱਚ ਸੁੰਡੀ ਹੋ ਸਕਦੀ ਤੇ ਆਹ ਜਿਹੜੀ ਕਈ ਕਿਸਾਨ ਵੀਰ ਐਤੋਂ ਬੜਾ ਡਰਦੇ ਆ ਵੀ ਆ ਡਿੱਗ ਗਿਆ ਆ ਵੀ ਹੁਣ ਡਿੱਗਣ ਵਾਲੀ ਆ ਇਹ ਇਹ ਦਾ ਕਾਰਨ ਕੋਈ ਬਾਲਾ ਵੱਡਾ ਨਹੀਂ ਹੈਗਾ ਜੋ ਬੂਟਿਆਂ ਨੂੰ ਜਿਹੜੀ ਖਰਾਕ ਪੂਰੀ ਨਹੀਂ ਕਰ ਸਕਦਾ ਉਹ ਸਾਰੇ ਫਲ ਡੇਗ ਦਿੰਦਾ ਉਹ ਬਾਕੀ ਇਹਦੇ ਇੱਕ ਦੋ ਕਮੀਆਂ ਵੀ ਹੁੰਦੀਆਂ ਜਿਵੇਂ ਪोटाश ਦੀ ਕਮੀ ਹੋ ਗਈ ਜਾਂ ਡੀਏਪੀ ਦੀ ਉਹਦੇ ਕਰਕੇ ਤੇ ਇੱਕ ਜਿਆਦਾ ਸਰਵਾਈ ਕਰਕੇ ਵੀ ਇਹਦੇ ਜਿਹੜੀ ਆ ਆਪਣੀ ਕਹਿ ਲਈ ਕਿ ਚੁੰਡੀ ਹੈ ਜਿਹੜੀ ਇਹ ਲੱਗਦੇ ਆ ਸਾਰੇ ਡਿੱਗ ਜਾਂਦੀ ਆ ਤੇ ਪ੍ਰੇਹ ਦੀ ਤੁਸੀਂ ਪਾ ਦਿਓ ਫਲੈਸ਼ਬੈਕ ਬੈਕ ਚ ਵੀਡੀਓ ਤੇ ਉਹ ਤੁਹਾਨੂੰ ਮੈਂ ਭੇਜੂਗਾ ਤੇ ਉਹਦੇ ਚ ਜਾਵਾਂ ਆਪਾਂ ਉਹ ਵੇਟ ਕਰਕੇ ਪ੍ਰੋਪਰ ਕੋਈ ਵੱਧ ਨਹੀਂ ਸਮਾਨ ਪਾਇਆ ਕੋਈ ਘੱਟ ਨਹੀਂ ਪਾਇਆ ম্যাগਨੀਸ਼ੀਅਮ ਯੂਰੀਆ ਸੀ ਤੇ ਸਿਲੈਕਟਡ ਜਿੰਕ ਸੀ ਤੇ ਬੋਰੋਨ ਸੀ ਪੂਰਾ ਜਾਨੀ ਕਿ ਆਪਾਂ ਮਿਣਕੇ ਪਾਇਆ ਜਿਵੇਂ ਖੇਤੀਬਾੜੀ ਮਾਰ ਦੱਸਦੇ ਆ ਕਿਉਂਕਿ ਤੁਹਾਨੂੰ ਪਤਾ ਜੀ ਓਵਰਡੋਜ਼ ਵਰਤਾਂਗੇ ਤੇ ਪੱਤੇ ਪੁੱਤੇ ਬਥੇਰਾ ਨੁਕਸਾਨ ਹੋ ਜਾਂਦਾ ਤੇ ਇੱਕ ਫਲੈਸ਼ਬੈਕ ਤੇ ਜਦੋਂ ਮੀਂਹ ਪਿਆ ਸੀਗਾ ਨਾ ਜਦੋਂ ਮੀਂਹ ਪਿਆ ਪਿਆ ਸੀਗਾ ਉਦੋਂ ਬਹੁਤ ਹੀ ਜ਼ਿਆਦਾ ਅਟੈਕ ਹੋ ਗਿਆ ਸੀ ਸੁੰਡੀ ਦਾ ਉਹ ਵੀ ਤੁਹਾਨੂੰ ਮੈਂ ਵੀਡੀਓ ਉਹ ਤੋਂ ਬਣਾਈ ਸੀਗੀ ਉਹ ਵੀ ਤੁਹਾਨੂੰ ਵੀਡੀਓ ਪਾਉਂਗਾ ਮੈਂ ਤੇ ਤੁਸੀਂ ਆ ਇਹਦੇ ਵਿੱਚੇ ਲਾ ਦਿਓ ਵੀਡੀਓ ਦੀ ਸਟਾਰਟਿੰਗ ਤੇ ਲਾ ਦਿਓ ਜਾਂ ਜਿੱਥੇ ਮਰਜ਼ੀ ਲਾ ਦਿਓ ਉਹ ਵੀ ਤੁਹਾਨੂੰ ਵੀਡੀਓ ਭੇਜਾਂਗਾ ਤੇ ਬਾਕੀ ਅੱਜ ਦੇ ਟਾਈਮ ਤੇ ਹੁਣ 5 6 5 6 ਦਿਨ ਹੋ ਗਏ ਆ ਤੇ ਗਰਮੀ ਬਹੁਤ ਹੀ ਜ਼ਿਆਦਾ ਹੋ ਗਈ ਤੇ ਗਰਮੀ ਚ ਗੁਲਾਬੀ ਸੁੰਡੀ ਸਰਵਾਈਵ ਕਰ ਹੀ ਨਹੀਂ ਸਕਦੀ ਤੇ ਇੱਕ ਗੱਲ ਹੋਰ ਕਿਸਾਨ ਵੀਰਾਂ ਨੂੰ ਦੱਸਣੀ ਚਾਹੁੰਦੇ ਆ ਕਿ ਕਿਸੇ ਵੀ ਕੰਪਨੀ ਦਾ ਡਾਕਟਰ ਜੇਕਰ ਤੁਹਾਨੂੰ ਆ ਕੇ ਕਹਿੰਦਾ ਕਿ ਸਿਫਾਰਿਸ਼ ਕਰਦਾ ਕਿ ਆਹ ਸਪਰੇਅ ਕਰ ਦਿਓ ਇਹਦਾ ਨਾ ਸੁੰਡੀ ਕੰਟਰੋਲ ਹੋ ਜੂਗੀ ਜਾਂ ਹਰੇਕ ਜੁਗੋ ਵੀ ਤੁਹਾਡੇ ਕੋਲ ਬੰਦਾ ਆਉਂਦਾ ਹੈ ਕਿਸਾਨ ਤੋਂ ਵੱਡਾ ਪਹਿਲੀ ਗੱਲ ਤਾਂ ਕੋਈ ਡਾਕਟਰ ਨਹੀਂ ਕਿਉਂਕਿ ਆਪਾਂ ਜੰਮੇ ਪਲੇ ਖੇਤਾਂ ਦੇ ਵਿੱਚ ਆਪਾਂ ਨੂੰ ਹਰੇਕ ਫਸਲ ਬਾਰੇ ਪਤਾ ਸੋ ਆਪਣੇ ਤੋਂ ਵੱਡਾ ਕੋਈ ਡਾਕਟਰ ਨਹੀਂ ਹੈਗਾ ਤੇ ਐਵੇਂ ਕਿਸੇ ਦੇ ਮਗਰ ਲੱਗ ਕੇ ਆਪਦਾ ਜਿਹੜਾ ਨੁਕਸਾਨ ਨਾ ਕਰਿਆ ਕਰੋ ਉਹ ਆਪਦੇ ਕੰਪਨੀ ਦੇ ਪ੍ਰੋਡਕਟ ਵੇਚਦੇ ਆ ਸੋ ਉਹਨਾਂ ਤੋਂ ਬਚੋ ਤੇ ਮੱਛਰ ਦਾ ਵੀ ਕੋਈ ਬਾਲਾ ਅਟੈਕ ਨਹੀਂ ਹੈਗਾ ਤੁਹਾਡੇ ਸਾਹਮਣੇ ਹੈ ਜਿਹਚ ਕੋਈ ਬੜਾ ਅਟੈਕ ਨਹੀਂ ਹੈਗਾ ਨਾ ਮੱਛਰ ਦਾ ਵੀ ਪੱਤੇ ਵੇਖੋ ਨਰਮੇ ਦੇ ਬਿਲਕੁਲ ਸਿੱਧੇ ਆ ਨਹੀਂ ਤਾਂ ਕੌਲੀਆਂ ਬਣ ਜਾਂਦੇ ਆ ਪੱਤੇ ਜੇਕਰ ਜੂੰ ਹੋਵੇ ਜਾਂ ਜਿਵੇਂ ਆਪਾਂ ਕਹ ਲਈਂ ਦੇਸੀ ਭਾਸ਼ਾ ਹੀ ਆਪਾਂ ਵਰਤਦੇ ਆ ਜਿਆਦਾ ਤੇ ਜੂੰ ਹੋ ਗਈ ਤੇਲਾ ਹੋ ਗਿਆ ਚਿਪਾ ਹੋ ਗਿਆ ਜਿਦੋ ਜਿਦੋ ਨਰਮਾ ਖੜਨਾ ਵੀ ਸ਼ੁਰੂ ਹੋ ਗਿਆ ਬਾਬੇ ਦੀ ਕਿਰਪਾ ਆ ਦੇਖੋ ਥਲੜੇ ਟਿੰਡੇ ਆ ਜਿਹੜੇ ਖੇੜ ਚੁੱਕੇ ਆ ਆ ਤੁਹਾਨੂੰ ਅਸੀਂ ਵਿਖਾਉਂਦੇ ਸੀਗੇ ਕਿ ਆ ਛਟੀਆਂ ਸਾਡੀਆਂ ਜੋ ਪਿਛਲੇ ਸਾਲ ਦੀਆਂ ਪਈਆਂ ਸਾਡੀ ਵੀ ਗਲਤੀ ਆ ਆ ਰਹੀਆਂ ਇਹ ਹੁਣ ਸਾਡੇ ਕੋਲ ਵੀਡੀਓ ਪਈ ਹੋਈ ਆ ਉਹ ਤੁਹਾਨੂੰ ਵਿੱਚ ਦੇ ਦਾਂਗੇ ਆ ਛਟੀਆਂ ਪਈਆਂ ਤੇ ਇਹਨਾਂ ਦੇ ਨੇੜੇ-ਨੇੜੇ ਇਧਰ ਬਾਹਰ ਲਿਆਂਗੇ ਮਿਖਾਉ ਜੇਕਰ ਆਪਾਂ ਗੱਲ ਕਰੀਏ ਨੁਕਸਾਨ ਦੀ ਤਾਂ 100 ਦੇ ਵਿੱਚ ਜੇ 10 ਟਿੰਡੇ ਤੋੜਦੇ ਸੀ ਤਾਂ 8ਾਂ ਦੇ ਵਿੱਚ ਸੁੰਢੀ ਸੀ ਇਹ ਛਟੀਆਂ ਦੇ ਨੇੜੇ-ਨੇੜੇ ਤੇ ਇਸ ਤੋਂ ਅਸੀਂ ਦੂਸਰੇ ਬੰਨੇ ਜਾ ਕੇ ਜਿਵੇਂ ਉਧਰ ਅਗਲੀ ਸਾਈਡ ਤੇ ਨਰਮਾ ਰਹਿ ਗਿਆ ਹੁਣ ਉਸ ਸਾਈਡ ਤੇ ਜੇਕਰ ਅਸੀਂ ਵੇਖਿਆ ਤਾਂ ਦਸਾਂ ਦੇ ਵਿੱਚ ਇੱਕ ਦੋ ਟਿੰਡਿਆਂ ਦੇ ਵਿੱਚ ਸੁੰਡੀ ਮਿਲੀ ਆ ਸਾਨੂੰ ਸੋ ਇਹ ਵੀ ਗੱਲ ਸਹੀ ਆ ਆਪਾਂ ਐਵੇਂ ਗੱਲ ਨੂੰ ਮੰਨ ਕੇ ਚਲੋ ਅਨਸੁਣੀ ਕਰਤੀ ਸੀ ਕਿਸਾਨ ਜਿਹੜੇ ਆਪਣੇ ਹੈਗੇ ਸੀ ਮਾਰ ਸੀਗੇ ਕਿਸਾਨੀ ਦੇ ਤੇ ਉਹਦਾ ਵੀ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਾਕੀ ਸਾਡੀ ਤਾਂ ਇਹੀ ਰਿਕਵੈਸਟ ਆ ਸਾਰਿਆਂ ਨੂੰ ਕਿ ਕਿਸੇ ਮਗਰ ਵੀ ਲੱਗ ਕੇ ਆਪਦੀ ਫਸਲ ਤੇ ਵਾਧੂ ਜ਼ਹਿਰ ਨਾ ਸਿਹੜਕੋ ਜੇ ਪੌਣੀਆਂ ਨਰਮੇ ਨੂੰ ਤਾਂ ਉਹਦੇ ਤੱਤ ਖਰਾਕੀ ਤੱਤ ਦਿਓ ਜਿਹਦੇ ਕਰਕੇ ਇਹ ਫਸਲ ਜ ਜਿਹੜੀ ਫਲ ਜਿਆਦਾ ਚੁੱਕੇ ਤੇ ਆਪਣੀਆਂ ਜਿੰਨੀਆਂ ਵੀ ਸ਼ਾਖਾਂ ਨਿਕਲਦੀਆਂ ਉਹਨਾਂ ਚ ਕੋਈ ਖਾਲੀ ਨਾ ਰਵੇ ਕਿਉਂਕਿ ਨਰਮੇ ਦੀ ਇੱਕ ਵੀ ਸ਼ਾਖ ਜੇ ਖਾਲੀ ਰਹਿ ਜਾਂਦੀ ਆ ਤਾਂ ਉਹ ਦੁਬਾਰਾ ਨਹੀਂ ਬਣਦੀ ਜੇ ਉੱਤੇ ਕੋਈ 4-5 ਟਿੰਡੇ ਆਉਣਗੇ ਤਾਂ ਆਪਣਾ ਫਾਇਦਾ ਹੀ ਆ ਕੋਈ ਨੁਕਸਾਨ ਨਹੀਂ ਖੇਤੀਬਾੜੀ ਮਾਇਰ ਹਣੇ ਵੀ ਇਹੀ ਕਿਹਾ ਤੇਲੇ ਮਾਰ ਮੱਛਰ ਵਾਲੀਆਂ ਸਪ੍ਰੇਆਂ ਨਾਓ ਨਾਲੋਂ ਪਹਿਲਾਂ ਤੁਸੀਂ ਤਾਕਤ ਵਾਲੀਆਂ ਸਪ੍ਰੇਆਂ ਕਰੋ ਘੱਟੋ ਘੱਟ 5 ਸਪ੍ਰੇਆਂ ਰეკਮੈਂਡ ਕੀਤੀਆਂ ਉਹਨਾਂ ਨੇ ਵੀ ਤੇ ਆਪਾਂ ਆਪਾਂ ਮੱਛਰ ਵਾਲੀ ਕੀ ਆਪਾਂ ਕੋਈ ਸਪਰੇਅ ਛੱਡਦੇ ਨਹੀਂ ਕਿਹੜਾ ਫੰਗੀ ਸਾਈਡ ਕੀ ਆਪਾਂ ਦੱਬੀ ਤੁਰੀ ਆਉਣੇ ਸਾਰਾ ਕੁਝ ਤੇ ਬਾਕੀ ਇਹ ਚੀਜ਼ ਪਹਿਲਾਂ ਜ਼ਰੂਰੀ ਆਪਾਂ ਉਹ ਕਰੀਏ ਹਾਂਜੀ ਤੇ ਬਾਕੀ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਫਿਲਹਾਲ ਦੀ ਘੜੀ ਤਾਂ ਨਰਮਾ ਵਧੀਆ ਖੜਾ ਰੱਬ ਦੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਹੈ ਜਿਹੜਾ ਉਹ ਸਾਫ਼ ਹੀ ਦੱਸਿਆ ਗਿਆ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਬਾਕੀ ਕੀ ਇਹਦਾ ਪਹਿਲੀ ਚੋਗੀ ਦਾ ਕੀ ਝਾੜ ਆਉਂਦਾ ਦੂਜੀ ਚੋਗੀ ਦਾ ਕੀ ਝਾੜ ਆਉਂਦਾ ਸਾਰਾ ਉਹ ਹੀ ਕਰਾਂਗੇ ਤੁਹਾਡੇ ਨਾਲ ਸਾਹਮਣੇ ਸਿੱਧਾ ਸਾਹਮਣੇ ਜੇਕਰ ਇਸ ਤੋਂ ਬਾਅਦ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਤੁਹਾਨੂੰ ਨਰਮੇ ਦੀ ਹਰੇਕ ਅਪਡੇਟ ਆ ਜਿਹੜੀ ਆਪਦੇ ਚੈਨਲ ਤੇ ਦਿੰਦੇ ਰਵਾਂਗੇ ਸੋ ਸਾਡੇ ਚੈਨਲ ਤੇ ਕੱਲੀਆਂ ਖੇਤੀਬਾੜੀ ਦੇ ਰਿਲੇਟਿਡ ਹੀ ਵੀਡੀਓ ਆਉਣਗੀਆਂ ਕੋਈ ਵੀ ਟਰੈਕਟਰ ਹੋ ਗਿਆ ਜਾਂ ਇੰਪਲੀਮੈਂਟ ਕੋਈ ਵੀ ਖੇਤੀਬਾੜੀ ਦਾ ਨਵਾਂ ਆਉਂਦਾ ਤਾਂ ਤੁਹਾਨੂੰ ਦੱਸ ਦੇਵਾਂਗੇ ਜੋ ਵੀ ਸਾਰੇ ਕਿਸਾਨੀ ਦੇ ਸੰਬੰਧ ਨਾਲ ਰੱਖਦੀ ਆ ਵੀਡੀਓ ਉਹ ਆਪਾਂ ਅਪਲੋਡ ਕਰਿਆ ਕਰਾਂਗੇ ਤੇ ਤੇ ਚੈਨਲ ਨੂੰ ਕਰ ਲਓ ਬਈ ਸਬਸਕ੍ਰਾਈਬ ਠੀਕ ਹੈ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ